ਗੁੱਡ ਮਾਰਨਿੰਗ ਐਵਰੀਬਡੀ, ਕਿਵੇਂ ਤੁਸੀਂ ਸਾਰੇ ਨੇ? ਮੈਂ ਹਾਂ ਅਮਿਤ, ਸਭ ਦਾ ਪਾਠਸ਼ਾਲਾ 'ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਅੱਜ ਆਪਾਂ 28 ਜੂਨ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਤੁਹਾਡੇ ਨਾਲ ਸਾਂਝੇ ਕਰਾਂਗੇ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਸਟੈਟਿਕ GK ਦੇ ਪੁਆਇੰਟਸ ਵੀ ਕੁਝ ਕਵਰ ਕਰਾਂਗੇ। UPSC, SSC, ਸਟੇਟ ਐਗਜ਼ਾਮ ਹਰ ਐਗਜ਼ਾਮ ਲਈ ਇੰਪੋਰਟੈਂਟ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦਾ ਪੇਪਰ ਹੈ ਜਿਹੜਾ ਉਹ 1 ਜੁਲਾਈ ਤੋਂ ਸਟਾਰਟ ਹੋ ਰਿਹਾ। ਸੋ 1 ਜੁਲਾਈ ਤੋਂ ਅਸੀਂ ਇੱਕ ਨਵਾਂ ਬੈਚ ਸਟਾਰਟ ਕਰਨ ਜਾ ਰਹੇ ਹਾਂ, ਤਾਂ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਆਫਲਾਈਨ ਬੈਚ ਸਿਰਫ 15 ਡੇਜ਼ ਦਾ ਬੈਚ ਹੈ ਜਿਹੜਾ ਉਹ ਸਟਾਰਟ ਕਰ ਰਹੇ ਹਾਂ। ਤਾਂ ਅਗਰ ਕੋਈ ਬੱਚਾ ਐਨਰੋਲ ਕਰਨਾ ਚਾਹੁੰਦਾ ਤਾਂ ਸਾਨੂੰ ਕੰਟੈਕਟ ਕਰ ਸਕਦਾ, ਰਾਈਟ ਹੈ? ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਸ਼ਚਨ, ਲਾਸਟ ਡੇ ਕੁਸ਼ਚਨ ਜਿਹੜਾ ਮੈਂ ਪੁੱਛਿਆ ਸੀਗਾ ਉਹਦੇ ਵਿੱਚ ਕੁਸ਼ਚਨ ਇਹ ਸੀਗਾ ਕਿ ਖੁਲਾਬਾਰ ਵਾਰ ਮੈਮੋਰੀਅਲ ਹੈ ਜਿਹੜਾ ਮਿਊਜ਼ੀਅਮ ਇੱਕ ਸਟਾਰਟ ਹੋਇਆ ਜੋ ਕਿ ਰੀਸੈਂਟਲੀ ਨਿਊਜ਼ ਦੇ ਵਿੱਚ ਦੇਖਿਆ ਵੀ ਗਿਆ, ਤਾਂ ਉਹ ਭਾਰਤ ਦੇ ਕਿਸ ਖੇਤਰ ਵਿੱਚ ਸਥਿਤ ਹੈ? ਸੋ ਇਹਦਾ ਆਂਸਰ ਆ ਜਾਊਗਾ ਲਦਾਖ ਦੇ ਵਿੱਚ, ਕਿਉਂਕਿ ਆਪਾਂ ਇਹ ਡਿਸਕਸ ਕੀਤਾ ਕਿ 25th ਐਨਿਵਰਸਰੀ ਹੈ ਜਿਹੜੀ ਕਾਰਗਿਲ ਵਿਜੈ ਦਿਵਸ ਜੋ ਕਿ 26 ਜੁਲਾਈ ਨੂੰ ਹੈ, ਉਹਦੀਆਂ ਤਿਆਰੀਆਂ ਸਟਾਰਟ ਹੋ ਰਹੀਆਂ ਨੇ। ਕਾਰਗਿਲ ਵਾਰਸ ਦੇ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਕ ਮੈਮੋਰੀਅਲ ਹੈ ਜਿਹੜਾ ਉਹ ਸਟਾਰਟ ਕੀਤਾ ਗਿਆ ਜਿੱਥੇ ਟੂਰਿਸਟ ਜਾ ਸਕਦੇ ਨੇ, ਅਤੇ ਇਹ ਲਦਾਖ ਦੇ ਵਿੱਚ ਲੋਕੇਟਡ ਹੈ। ਇਹ ਸੀਗਾ ਇਸਦਾ ਆਂਸਰ, ਯਾਦ ਰੱਖਣਾ ਨਾਮ ਜ਼ਰੂਰ, ਠੀਕ ਹੈ ਜੀ? ਸੋ ਬੈਸਟ ਆਂਸਰ ਦੇ ਵਿੱਚ ਹਰਵਿੰਦਰ, ਜਸ਼ਨ ਐਂਡ ਅੰਮ੍ਰਿਤਪਾਲ ਕੌਰ, ਥੈਂਕ ਯੂ ਸੋ ਮੱਚ ਫੋਰ ਆਂਸਰ ਦਿਸ ਕੁਸ਼ਚਨ। ਐਂਡ ਸਭ ਤੋਂ ਪਹਿਲਾਂ ਜਿਹੜਾ ਕੁਸ਼ਚਨ ਆ ਗਿਆ ਜੀ ਅੱਜ ਦਾ ਸਾਡਾ, ਕੀ ਆ ਗਿਆ? ਇੰਟਰਨੈਸ਼ਨਲ ਡੇ ਇਨ ਸਪੋਰਟ ਆਫ ਵਿਕਟਮਸ ਆਫ ਟੋਰਚਰ 2024। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਟੋਰਚਰ ਕੀਤਾ ਜਾ ਸਕਦਾ ਜਾਂਦਾ ਵੀ ਰਿਹਾ, ਚਾਹੇ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਵੂਮੈਨ ਅਤੇ ਜੇ ਆਪਾਂ ਗੱਲ ਕਰਦੇ ਹਾਂ ਚਿਲਡਰਨ ਵੀ ਆਉਂਦੇ ਨੇ ਅਤੇ ਕਾਫੀ ਲੇਬਰ ਵੀ ਆਉਂਦੀ ਹੈ। ਸੋ ਉਹਦੇ ਵਿੱਚੋਂ ਜੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਜਿਹੜੇ ਵਿਕਟਮਸ ਨੇ ਉਸ ਟੋਰਚਰ ਦੇ ਵਿਕਟਮ, ਉਸ ਚੀਜ਼ ਨੂੰ ਸਪੋਰਟ ਕਰਨ ਵਾਸਤੇ ਜਿਹੜਾ ਇਹ ਆਪਾਂ ਡੇ ਹੈ ਜਿਹੜਾ ਉਹ ਆਪਾਂ ਕੱਢਿਆ ਹੋਇਆ 26 ਜੂਨ ਦਾ। ਸੋ 26 ਜੂਨ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਪੋਰਟ ਆਫ ਵਿਕਟਮ ਆਫ ਟੋਰਚਰ ਹੈ ਜਿਹੜਾ ਉਹ ਮਨਾਇਆ ਜਾਂਦਾ। 1997 ਤੋਂ ਇਹ ਲਗਾਤਾਰ ਯੂਨਾਈਟਿਡ ਨੇਸ਼ਨ ਹੈ ਜਿਹੜੀ ਉਹਨੇ ਇਸ ਨੂੰ ਇੰਪੋਰਟੈਂਸ ਹੈ ਜਿਹੜੀ ਉਹ ਦਿੱਤੀ ਹੈ, ਇੱਕ ਮਹੱਤਤਾ ਇੱਕ ਦਿੱਤੀ ਹੈ, ਤਾਂ ਕਿ ਜਿਹੜੇ ਟੋਰਚਰ ਲੋਕ ਨੇ ਉਹਨਾਂ ਬਾਰੇ ਬਾਕੀ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਈ ਜਾਵੇ, ਤਾਂ ਉਹ ਲੋਕਾਂ ਨੂੰ ਬਚਾ ਸਕਣ ਜਿਹੜੇ ਇਸ ਚੀਜ਼ ਤੋਂ ਸਫਰ ਹੋ ਰੱਖੇ ਨੇ, ਜਿਹੜੇ ਇਸ ਚੀਜ਼ ਤੋਂ ਪੀੜਿਤ ਨੇ, ਠੀਕ ਹੈ? ਸੋ ਟੋਰਚਰ ਇਜ਼ ਅ ਵਨ ਆਫ ਦ ਵਰਸਟ ਥਿੰਗ ਦੈਟ ਹਿਊਮਨ ਕੈਨ ਡੂ ਟੂ ਈਚ ਅਦਰ। ਟੋਰਚਰ ਹੈ ਨਾ ਜਿਹੜਾ ਹਰ ਬੰਦਾ ਬਹੁਤ ਪਸੰਦ ਹੈ, ਲੋਕ ਦੂਜੇ ਨੂੰ ਕਰਦੇ ਨੇ ਟੋਰਚਰ। ਸੋ ਟੋਰਚਰ ਸਭ ਤੋਂ ਭਿਆਨਕ ਬਿਮਾਰੀ ਕਹਿ ਸਕਦੇ, ਕੁਛ ਮਰਜ਼ੀ ਕਹਿ ਲਓ ਇਹਨੂੰ, ਸੋ ਟੋਰਚਰ ਬਹੁਤ ਭਿਆਨਕ ਚੀਜ਼ ਹੈ। ਕ੍ਰਿਮੀਨਲ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੈ ਇਹ, ਬੇਸਿਕਲੀ ਇਹ ਕੀ ਹੈ ਜੀ, ਇੱਕ ਮਨੁੱਖਤਾ ਦੇ ਵਿਰੁੱਧ ਇੱਕ ਅਪਰਾਧ ਹੈ ਜਿਹਦੇ ਤੋਂ ਬਚਣ ਲਈ, ਜਿਹਨੂੰ ਸਪੋਰਟ ਕਰਨ ਵਾਸਤੇ ਇਹ ਦਿਨ ਜਿਹੜਾ 26 ਜੂਨ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ, ਠੀਕ ਹੈ ਜੀ? ਦੂਜਾ ਕੁਸ਼ਚਨ ਆ ਗਿਆ ਬਰਥ ਐਨਵਰਸਰੀ। ਸੋ ਬਰਥ ਐਨਵਰਸਰੀ, ਬੰਗਾਲੀ ਨੋਵਲਿਸਟ ਜਿਨ੍ਹਾਂ ਦਾ ਨਾਮ ਕੀ ਹੈ, ਬੰਕਿਮ ਚੰਦਰ ਚੈਟਰਜੀ, ਇਹਨਾਂ ਦਾ ਦਿਵਸ ਹੈ ਜਿਹੜਾ, ਇਹਨਾਂ ਦਾ ਜਨਮ ਦਿਨ ਹੈ ਜਿਹੜਾ ਉਹ ਇਸ ਦਿਨ ਹੁੰਦਾ 27 ਜੂਨ ਵਾਲੇ ਦਿਨ, ਠੀਕ ਹੈ? ਸੋ ਅੱਜ ਹੈਗੀ 28 ਜੂਨ, ਅਤੇ ਕੱਲ੍ਹ ਇਹਨਾਂ ਦਾ 27 ਜੂਨ ਨੂੰ ਡੈਥ ਐਨਵਰਸਰੀ, ਸੋਰੀ ਬਰਥ ਐਨਵਰਸਰੀ, ਅਤੇ 8 ਅਪ੍ਰੈਲ ਨੂੰ ਇਹਨਾਂ ਦੀ ਡੈਥ ਐਨਵਰਸਰੀ ਹੁੰਦੀ ਹੈ 1894 ਨੂੰ, 1838 ਤੋਂ ਲੈ ਕੇ 1894। ਹੁਣ ਇਹਨਾਂ ਦੀ ਮਹੱਤਤਾ ਕਿਵੇਂ ਹੈ ਪਤਾ ਲੱਗ ਜੂਗਾ ਤੁਹਾਨੂੰ। ਬੰਗਾਲੀ ਦੇ ਵਿੱਚ ਇਹ ਨਾਵਲਕਾਰ ਸੀਗੇ, ਇਹਨਾਂ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਜੇ ਇੰਪੋਰਟੈਂਟ ਦੀ ਗੱਲ ਕਰਦੇ ਹਾਂ, ਆਨੰਦ ਮੱਠ ਇਹਨਾਂ ਦੁਆਰਾ ਲਿਖਿਆ ਗਿਆ ਇੱਕ ਨਾਵਲ ਹੈ, ਜਿਸ ਤੋਂ ਆਪਾਂ ਬਾਅਦ ਦੇ ਵਿੱਚੋਂ ਵੰਦੇ ਮਾਤਰਮ ਲਿਖਿਆ ਗਿਆ, ਇੰਟਰੋਡਿਊਸ ਕੀਤਾ ਗਿਆ, ਅਤੇ ਵੰਦੇ ਮਾਤਰਮ ਨੂੰ ਬਾਅਦ ਦੇ ਵਿੱਚ ਸਾਡੇ ਨੈਸ਼ਨਲ ਐਂਥਮ, ਸੋਰੀ ਨੈਸ਼ਨਲ ਸੌਂਗ ਉਹਨਾਂ ਨੂੰ ਘੋਸ਼ਿਤ ਕੀਤਾ ਗਿਆ ਆਫਟਰ ਫਰੀਡਮ, ਠੀਕ ਹੈ? ਸੋ ਦੁਰਗੇਸ਼ਵ ਨੰਦਨੀ, ਕਪਾਲ ਕੁੰਡਲਾ, ਕ੍ਰਿਸ਼ਨਾ ਕੰਤਰਵਿਲ ਐਂਡ ਦੇਵੀ ਚੰਦੋਰਾਣੀ, ਠੀਕ ਹੈ? ਸੋ ਇਹਨਾਂ ਦੀਆਂ ਕੁਛ ਨੋਟੇਬਲ ਵਰਕ ਸੀਗੇ ਜਿਹੜੇ ਇਹਨਾਂ ਨੇ ਕੀਤੇ, ਇਹਨਾਂ ਦੁਆਰਾ ਕੀਤੇ ਗਏ। ਤੋਂ ਪਹਿਲੀ ਨੋਵਲ ਜਿਹੜੀ ਇਹਨਾਂ ਵੱਲੋਂ ਲਿਖੀ ਗਈ ਸੀ ਉਹ ਸੀਗੀ ਰਾਜ ਮੋਹਨ ਜਵਾਈ। ਬਹੁਤ ਇੰਪੋਰਟੈਂਟ ਕੁਸ਼ਚਨ ਹੈ, ਇੱਦਾਂ ਦੇ ਕੁਸ਼ਚਨ ਸਟੈਟਿਕ ਲਈ ਬਣ ਸਕਦੇ ਨੇ। ਤਾਂ ਬਰਥ ਐਨਵਰਸਰੀ ਯਾਦ ਰੱਖਣੀ ਹੈ,
ਬੰਕਿਮ ਚੰਦਰ ਚੈਟਰਜੀ ਦੀ 27 ਜੂਨ, ਰਾਈਟ ਹੋ ਗਿਆ। ਅੱਗੇ ਗੱਲ ਕਰਦੇ ਹਾਂ ਜੀ ਚਾਈਨਾ ਬਾਰੇ। ਸੋ ਚਾਈਨਾ ਕੁਛ ਨਾ ਕੁਛ ਨਵੀਂ ਚੀਜ਼ ਕੱਢਦਾ ਹੀ ਰਹਿੰਦਾ ਹੈ। ਸੋ ਚਾਈਨਾ ਇੱਕ ਵਧੀਆ ਚੀਜ਼ ਬੰਦਾ ਇੱਕ ਕੰਟਰੀ ਹੈ ਜਿਹੜੀ ਉਹ ਬਣੀ ਹੈ, ਜਿਹਦੇ ਜਿਹੜੀ ਕੀ ਕਰੂਗੀ ਮੂਨ ਦੇ ਫਾਰ ਸਾਈਡ ਤੋਂ ਜਿੱਥੇ ਉਹ ਪਹੁੰਚਿਆ ਹੋਇਆ, ਉਹਨਾਂ ਦਾ ਲਾਈਕ ਉਹਨਾਂ ਦਾ ਜਹਾਜ਼ ਨੇ ਜਿਹੜੇ, ਉਹਨਾਂ ਦੇ ਸੈਟੇਲਾਈਟਸ ਨੇ ਜਿਹੜੇ ਉਹ ਪਹੁੰਚੇ ਹੋਏ ਨੇ, ਉਹਨਾਂ ਦੇ ਰੋਕੇਟਸ ਨੇ ਜਿਹੜੇ ਪਹੁੰਚੇ ਹੋਏ ਨੇ। ਸੋ ਚਾਈਨਾ ਕੀ ਕਰ ਰਿਹਾ, ਚਾਈਨਾ ਪਹਿਲੀ ਕੰਟਰੀ ਬਣਿਆ ਜੋ ਕੀ ਕਰੂਗਾ, ਉੱਥੋਂ ਦੀਆਂ ਚਟਾਨਾਂ ਨੂੰ ਆਪਣੇ ਦੇਸ਼ ਵਿੱਚ ਲੈ ਕੇ ਆਊਗਾ ਮੂਨ ਤੋਂ ਚੱਕ ਕੇ, ਠੀਕ ਹੈ। ਸੋ ਇਹ ਪਹਿਲਾ ਦੇਸ਼ ਬਣਨ ਜਾ ਰਿਹਾ। ਇਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਇਹਦਾ ਸਪੇਸ ਕ੍ਰਾਫਟ ਦਾ ਨਾਮ ਕੀ ਹੈ ਜੀ, ਚੈਂਗ A6। ਸੋ ਚੈਂਗ A6 ਸਪੇਸ ਕ੍ਰਾਫਟ ਦਾ ਨਾਮ ਹੈ ਜੋ ਕਿ ਸੈਂਪਲ 'ਚ ਲੈ ਕੇ ਆਊਗਾ ਮੂਨ ਤੋਂ ਅਰਥ ਦੇ ਉੱਤੇ, ਠੀਕ ਹੈ। ਸੋ ਪਹਿਲਾਂ ਬਣਨ ਜਾ ਰਿਹਾ ਕਿ ਲੁਨਾਰ ਦੇ ਰੀਜਨ ਦੇ ਉੱਤੋਂ ਜਿਹੜੀ ਚੀਜ਼ਾਂ ਆਪਾਂ ਦੇਖ ਨਹੀਂ ਸਕਦੇ, ਜਿਹੜਾ ਫਾਰ ਸਾਈਡ ਹੁੰਦੀ ਹੈ ਲੁਨਾਰ ਦੀ, ਉੱਥੋਂ ਇਸ ਸੈਂਪਲਸ ਨੂੰ ਕਲੈਕਟ ਕਰਕੇ ਅਰਥ ਦੇ ਉੱਤੇ ਲੈ ਕੇ ਆਉਣ ਜਾ ਰਿਹਾ, ਅਤੇ ਪਹਿਲਾਂ ਹੋਊਗਾ, ਠੀਕ ਹੈ। So rising space exploration super power but also the next phase of the new space race with the US, theek hai, the allies to establish the outpost at the sudhi gall hai ye china to baad hun US bhi continue karan di koshish karuga, india bhi aauga, russia bhi jauga, sare cheeza karan di koshish karnge, lekin china eh pehli country ban chuka hai pure worldwide, yaad rakhna chang'e spacecraft, theek hai ji, china da US ne designate kita ji kenya nu, so kenya ek country hai US te, ਉਸ ਨੂੰ ਡੈਜ਼ਿਗਨੇਟ ਕੀਤਾ ਕਿ ਇਹ ਨੌਨ ਨਾਟੋ ਅਲਾਈ ਹੈ। ਸੋ ਬੇਸਿਕਲੀ ਨਾਟੋ ਦਾ ਮਤਲਬ ਕੀ ਹੈ ਜੀ, ਇਹਦੀ ਫੁੱਲ ਫੋਰਮ ਤੁਸੀਂ ਸਾਰਿਆਂ ਨੂੰ ਦੱਸਣੀ ਹੈ, ਠੀਕ ਹੈ। ਸੋ ਬੇਸਿਕਲੀ ਇਹਦਾ ਮਤਲਬ ਮੈਂ ਤੁਹਾਨੂੰ ਦੱਸ ਰਿਹਾ, ਇਹਦੇ ਨਾਲ ਕੀ ਹੋਊਗਾ, ਜਦੋਂ ਆਪਾਂ ਸੰਬੰਧ ਦੇ ਵਿੱਚ ਇਹਦੇ ਵਿੱਚ ਹੋਵਾਂਗੇ ਜਿਹੜੇ ਵੀ ਮੈਂਬਰ, ਤਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ। ਸੋ ਲੇਕਿਨ ਇਹ ਨੌਨ ਨਾਟੋ ਅਲਾਈ ਦੇ ਵਿੱਚ ਇੱਕ ਪਾਰਟ ਬਣ ਗਿਆ ਕੀਨੀਆ, ਇਹਨੂੰ ਸਪੋਰਟ ਕਿਸ ਤਰੀਕੇ ਨਾਲ ਕਰੂਗਾ ਆਪਾਂ ਉਹ ਦੇਖ ਲੈਂਦੇ ਹਾਂ। ਸੋ ਬੇਸਿਕਲੀ ਮੇਜਰ ਨੌਨ ਨੈਟੋ ਅਲਾਈ ਬਣ ਚੁੱਕਿਆ, ਠੀਕ ਹੈ, ਕੀਨੀਆ। US ਨੇ ਇਹਨੂੰ ਡੈਜ਼ਿਗਨੇਟੇਸ਼ਨ ਦਿੱਤੀ ਹੈ ਕਿਉਂਕਿ ਉਹ ਡਿਫੈਂਸ ਟ੍ਰੇਡ ਸਿਕਿਉਰਿਟੀ ਕੋਆਪਰੇਸ਼ਨ ਉਹਨਾਂ ਨੂੰ ਦਊਗਾ। ਸਿਕਿਉਰਿਟੀ ਕੋਆਪਰੇਸ਼ਨ ਦੇ ਤਹਿਤ ਡਿਫੈਂਸ ਟ੍ਰੇਡ ਦੇ ਵਿੱਚ ਉਹਨਾਂ ਨੂੰ ਮਦਦ ਹੈ ਜਿਹੜੀ ਉਹ ਮਿਲੂਗੀ ਵਿਦਆਊਟ ਇਨਟੇਲਿੰਗ ਦਾ ਸਿਕਿਉਰਿਟੀ ਕਮਿਟਮੈਂਟ ਫਰੋਮ ਦਾ US। US ਤੋਂ ਸਿਕਿਉਰਿਟੀ ਨਹੀਂ ਮਿਲੂਗੀ, US ਦੇ ਟ੍ਰੇਡ ਦੇ ਵਿੱਚ ਸਿਕਿਉਰਿਟੀ ਵਾਲੀ ਚੀਜ਼ਾਂ ਉਹ ਮਿਲ ਜਾਣਗੀਆਂ, ਠੀਕ ਹੈ। ਸੋ ਕੀਨੀਆ ਦੇ ਪ੍ਰੈਜ਼ੀਡੈਂਟ ਸਾਹਿਬ ਦਾ ਨਾਮ ਕੀ ਹੈ ਜੀ, ਵਿਲੀਅਮ ਰੂਟੋ। ਨਾਟੋ ਦਾ ਹੈੱਡਕੁਆਟਰ ਕਿੱਥੇ ਹੈ, ਬਰੂਸਲ ਬੈਲਜੀਅਮ ਦੇ ਵਿੱਚ, ਅਤੇ ਫਾਊਂਡ ਕਦੋਂ ਹੋਈ ਸੀ ਨਾਟੋ, 4th April 1949। ਇਹਦੀ ਫੁੱਲ ਫੋਰਮ ਤੁਸੀਂ ਦੱਸਿਓ ਜ਼ਰੂਰ ਕਮੈਂਟ ਸੈਕਸ਼ਨ 'ਚ, ਠੀਕ ਹੈ। ਨਾਟੋ ਦੀ ਫੁੱਲ ਫੋਰਮ ਕੀ ਹੁੰਦੀ ਹੈ ਦੋਸਤੋ, 4 April 1949 ਨੂੰ ਫਾਊਂਡ ਹੋਈ ਬਰੂਸਲ ਬੈਲਜੀਅਮ ਦੇ ਵਿੱਚ, ਇਹਦਾ ਹੈੱਡਕੁਆਟਰ ਹੈ। ਕੀਨੀਆ ਦੇ ਪ੍ਰੈਜ਼ੀਡੈਂਟ ਦਾ ਨਾਮ ਪਤਾ ਲੱਗ ਗਿਆ, US ਦੇ ਪ੍ਰੈਜ਼ੀਡੈਂਟ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, ਜੇ ਨਹੀਂ ਪਤਾ ਤਾਂ ਜ਼ਰੂਰ ਪਤਾ ਕਰਕੇ ਜ਼ਰੂਰ ਕਮੈਂਟ ਸੈਕਸ਼ਨ 'ਚ ਉਹ ਵੀ ਦੱਸਿਓ, ਠੀਕ ਹੈ। ਸੋ 2 ਕੁਐਸਚਨ ਤਾਂ ਇੱਥੇ ਹੀ ਆ ਗਏ ਤੁਹਾਡੇ। ਅਗਲੀ ਗੱਲ ਕਰਦੇ ਹਾਂ ਓਮ ਬਿਰਲਾ ਸਾਹਿਬ ਦੀ। ਸੋ ਓਮ ਬਿਰਲਾ ਮੁੜ ਤੋਂ ਦੁਬਾਰ ਤੋਂ ਉਹਨਾਂ ਨੂੰ ਸਪੀਕਰ ਵਜੋਂ ਚੁਣਿਆ ਗਿਆ, ਲੋਕ ਸਭਾ ਦੇ ਸਪੀਕਰ, ਠੀਕ ਹੈ। ਪਹਿਲਾਂ ਵੀ ਸੀਗੇ, ਸੋ ਰੀਇਲੈਕਟ ਕੀਤਾ ਗਿਆ। 18ਵੀਂ ਲੋਕ ਸਭਾ ਹੁਣ ਚੋਣਾਂ ਹੋਈਆਂ ਨੇ, 18ਵੀਂ ਲੋਕ ਸਭਾ ਜਿਹੜੀ ਹੁਣ ਬੈਠੂਗੀ ਉਹਦੇ ਵਾਸਤੇ ਸਪੀਕਰ ਨੇ ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਸੋ BJP ਦੇ MP ਨੇ ਓਮ ਬਿਰਲਾ ਜੀ, ਅਤੇ ਇੰਡੀਆ ਬਲੋਕ ਵੱਲੋਂ ਇਹਨਾਂ ਨੂੰ ਲਾਈਕ ਕੰਟੈਸਟੈਂਟ ਮਿਲੀ ਸੀਗੀ, ਠੀਕ ਹੈ, ਤਾਂ ਥਰੂ ਵੋਇਸ ਵੋਟ ਇਹਨਾਂ ਨੂੰ ਸਿਲੈਕਟ ਕਰ ਦਿੱਤਾ ਗਿਆ, ਦੁਬਾਰਾ ਤੋਂ ਰੀਇਲੈਕਟ ਕੀਤਾ ਗਿਆ 18ਵੇਂ ਲੋਕ ਸਭਾ ਦੇ ਲਈ ਸਪੀਕਰ ਵਜੋਂ, ਠੀਕ ਹੈ। ਸੋ ਆਰਟੀਕਲ 93 ਸਾਡਾ ਕਹਿੰਦਾ, ਇੰਡੀਅਨ ਕੋਨਸਟੀਟਿਊਸ਼ਨ ਨੇ ਜ਼ਰੂਰੀ ਕੀਤਾ ਹੋਇਆ ਕਿ ਇਲੈਕਸ਼ਨ ਆਫ ਸਪੀਕਰ ਅਤੇ ਡਿਪਟੀ ਸਪੀਕਰ ਸਿੰਪਲ ਮੈਜੋਰਟੀ ਨਾਲ ਹੁੰਦੇ ਨੇ ਲੋਕ ਸਭਾ ਦੇ ਮੈਂਬਰਾਂ ਦੇ ਦੁਆਰਾ, ਠੀਕ ਹੈ ਜੀ। ਸੋ ਓਮ ਬਿਰਲਾ ਇਜ਼ ਅ ਭਾਰਤੀ ਜਨਤਾ ਪਾਰਟੀ ਦੇ MP ਨੇ, ਰਾਜਸਥਾਨ ਤੋਂ ਬਿਲੋਂਗ ਕਰਦੇ ਨੇ, ਕੋਟਾ ਤੋਂ, ਠੀਕ ਹੈ ਜੀ। ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਸੰਸਦ ਦੇ ਮੈਂਬਰ ਨੇ ਉੱਥੋਂ ਦੇ। ਨੈਕਸਟ ਆ ਗਿਆ ਸਕੂਲ ਇਨ ਬਸ ਬੋਕਸ। ਸੋ ਸਕੂਲ ਇਨ ਬੋਕਸ ਦਾ ਮਤਲਬ ਕੀ ਹੈ, ਦੇਖੋ ਅਸਾਮ ਦੇ ਵਿੱਚ ਫਲੱਡਸ ਆ ਰਹੇ ਨੇ। ਸੋ ਅਸਾਮ ਫਲੱਡ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਬੱਚੇ ਵਿਚਾਰੇ ਨੇ, ਉਹਨਾਂ ਨੂੰ ਐਜੂਕੇਸ਼ਨ ਆ ਜਿਹੜੀ ਉਹਦਾ ਲੋਸ ਆ ਜਿਹੜਾ ਉਹ ਹੁੰਦਾ, ਠੀਕ ਹੈ, ਹੈਲਥ ਦਾ ਲੋਸ ਹੁੰਦਾ ਹੈ, ਹੈਲਥ ਦਾ ਐਜੂਕੇਸ਼ਨ ਦਾ ਲੋਸ ਹੁੰਦਾ। ਸੋ ਹੈਲਥ ਦਾ ਜਾਂ ਐਜੂਕੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਸਕੂਲ ਹੈ ਜਿਹੜੀ ਇਨ ਬੋਕਸ ਉਹ ਸਟਾਰਟ ਕਰਨ ਜਾ ਰਹੀ ਹੈ ਅਸਾਮ ਦੀ ਸਰਕਾਰ। ਸੋ ਫਲੱਡ ਇਫੈਕਟਿਡ ਚਿਲਡਰਨ ਅਸਾਮ ਵਿਲ ਸਕੂਲ ਇਨ ਬੋਕਸ ਕਿਟਸ।
ਉਹਨਾਂ ਨੂੰ ਮਿਲਣ ਗਈਆਂ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਦੇ ਉੱਤੇ ਕੋਈ ਵੀ ਪ੍ਰਭਾਵ ਨਾ ਪਵੇ ਡਿਜ਼ਾਸਟਰ ਦਾ। ਠੀਕ ਹੈ ਜੀ। ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ 6 ਤੋਂ 18 ਸਾਲ ਦੇ ਬੱਚਿਆਂ ਨੂੰ ਇਹ ਕਿੱਟਸ ਦਿੱਤੀਆਂ ਜਾਣਗੀਆਂ, 167 ਰਿਲੀਫ ਕੈਂਪਸ ਦੇ ਵਿੱਚ ਪਹੁੰਚਾਈਆਂ ਜਾਣਗੀਆਂ ਇਹ ਕਿੱਟਸ, ਜਿਹਦੇ ਵਿੱਚ 6 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਸਹਾਇਤਾ ਮਿਲੇਗੀ। ਠੀਕ ਹੈ। ਸੋ ਇਹ ਕਿੱਟਾਂ ਫੋਕਸ ਕਰਨਗੀਆਂ ਪ੍ਰੋਟੈਕਸ਼ਨ, ਸਾਈਕੋਸੋਸ਼ਲ ਵੈਲਬੀਇੰਗ, ਕਮਿਊਨਿਟੀ ਇੰਗੇਜਮੈਂਟ ਦੇ ਵਿੱਚ। ਠੀਕ ਹੈ। ਕਿਡਸ ਦੇ ਵਿੱਚ ਸਾਰਾ ਕੁਝ ਮਟੀਰੀਅਲ ਜਿਹੜਾ ਔਰ ਲਰਨਿੰਗ ਮਟੀਰੀਅਲ, ਸਾਰੀ ਸਮੱਗਰੀ ਹੈ ਜਿਹੜੀ ਸਿੱਖਣ ਵਾਸਤੇ, ਉਹ ਸ਼ਾਮਿਲ ਹੋਣ ਵਾਲੀ ਹੈ, ਤਾਂ ਬਹੁਤ ਅੱਛੀ ਗੱਲ ਹੈ ਸਕੂਲ ਇਨ ਬੋਕਸ ਅਸਾਮ ਲਈ। ਠੀਕ ਹੈ। ਨੈਕਸਟ ਆ ਗਿਆ ਮੱਧ ਪ੍ਰਦੇਸ਼। ਸੋ ਮੱਧ ਪ੍ਰਦੇਸ਼ ਦੀ CM ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਜਿਹੜੇ ਮੰਤਰੀ ਨੇ ਉਹਨਾਂ ਦੇ ਥੱਲੇ ਕੰਮ ਕਰਦੇ, ਸੋ ਜਿਹੜੇ ਵੀ ਉਸ ਸਦਨ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀ ਤਨਖਾਹਾਂ ਅਤੇ ਭੱਤਿਆਂ ਦੇ ਉੱਤੇ ਟੈਕਸ ਲੱਗੂਗਾ। ਠੀਕ ਹੈ। ਟੈਕਸ ਤਾਂ ਪਹਿਲਾਂ ਵੀ ਦਿੰਦੇ ਹੋਣੇ, ਚਲੋ ਦੇਖਦੇ ਹਾਂ ਉਹ ਕੀ ਚੀਜ਼ ਹੈ। ਪ੍ਰੀਵੀਅਸ ਪਹਿਲਾ ਰੂਲ ਸੀਗਾ ਜੀ 1972 ਤੋਂ ਲੈ ਕੇ ਕਿ ਸਟੇਟ ਦੀ ਗੌਰਮੈਂਟ ਹੈ ਜਿਹੜੀ ਉਹ ਖੁਦ ਪੇ ਕਰੂਗੀ ਉਹਨਾਂ ਦਾ ਇਨਕਮ ਟੈਕਸ, ਬਿਹਾਫ ਆਫ ਮਿਨਿਸਟਰ, ਮਿਨਿਸਟਰ ਆਫ ਸਟੇਟ, ਡਿਪਟੀ ਮਿਨਿਸਟਰ, ਪਾਰਲੀਮੈਂਟਰੀ ਸੈਕਟਰੀ, ਸਭ ਦਾ। ਲੇਕਿਨ ਹੁਣ ਮਿਨਿਸਟਰਸ ਨੇ ਜਿਹੜੇ ਉਹ ਸਾਰੇ ਦੇ ਸਾਰੇ ਆਪਣੀ ਸੈਲਰੀਜ਼ ਅਤੇ ਸਾਰੇ ਸਾਰੇ ਅਲਾਇੰਸ ਆ ਜਿਹੜਾ ਉਹਦੇ ਪੱਖ ਦੇ ਉੱਤੇ, ਉਹਦੇ ਡਿਪੈਂਡੈਂਟ ਜਿਹੜਾ ਵੀ ਇਨਕਮ ਟੈਕਸ ਆ ਉਹ ਖੁਦ ਪੇ ਕਰਨਗੇ, ਖੁਦ ਪੇ ਕਰਨਗੇ, ਯਾਦ ਰੱਖਣਾ। ਇਹ ਮੱਧ ਪ੍ਰਦੇਸ਼ ਦੇ CM ਸਾਹਿਬ ਨੇ ਕਿਹਾ। ਸੋ ਮੱਧ ਪ੍ਰਦੇਸ਼ ਦੇ CM ਸਾਹਿਬ ਦਾ ਨਾਮ ਕੀ ਹੈ ਜੀ? ਮਿਨਿਸਟਰ ਆਫ ਚੀਫ ਮਿਨਿਸਟਰ ਮੋਹਨ ਯਾਦਵ ਜੀ। ਮੱਧ ਪ੍ਰਦੇਸ਼ ਮੋਹਨ ਯਾਦਵ, ਮੱਧ ਪ੍ਰਦੇਸ਼ ਮੋਹਨ ਯਾਦਵ, ਯਾਦ ਰੱਖਿਓ। ਠੀਕ ਹੈ ਜੀ। ਚਲੋ ਨੈਕਸਟ ਆ ਗਿਆ ਜੀ MCQ, ਮਲਟੀਪਲ ਚੋਇਸ ਕੁਐਸਚਨ ਤੁਹਾਡੇ ਸਾਰਿਆਂ ਵਾਸਤੇ ਜੀ। ਰੀਸੈਂਟਲੀ ਵਿੱਚ ਮਿਨਿਸਟਰੀ ਹੈਜ਼ ਲਾਂਚ ਦਾ ਸਫਾਈ ਅਪਣਾਓ ਬਿਮਾਰੀ ਭਗਾਓ। ਠੀਕ ਹੈ, ਬੜਾ ਵਧੀਆ ਗੱਲ ਹੈ ਨਾ। ਸਵੱਛ ਭਾਰਤ ਅਭਿਆਨ ਅਰਬਨ ਤੋਂ 2.0 ਜਿਹੜਾ ਉਹ ਸਟਾਰਟ ਕੀਤਾ ਗਿਆ, ਕਿਹੜੀ ਮਿਨਿਸਟਰੀ ਦੇ ਦੁਆਰਾ? ਇਹ ਆਪਸ਼ਨ ਬਿਲਕੁਲ ਸਹੀ ਹੋ ਜੂਗਾ, ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੁਆਰਾ। ਠੀਕ ਹੈ ਜੀ। ਸੋ ਉਹਨਾਂ ਦੁਆਰਾ ਇਹ ਕੋਸ਼ਿਸ਼ ਕੀਤੀ ਗਈ ਹੈ, 1 ਜੁਲਾਈ ਤੋਂ 31 ਅਗਸਤ ਤੱਕ ਇਹ ਸਟਾਰਟ ਹੋਣ ਜਾ ਰਿਹਾ। ਅਲਾਈਨ ਵਿਦ ਦਾ ਹੈਲਥ ਮਿਨਿਸਟਰੀ ਸਟੋਪ ਡਾਇਰੀਆ ਕੈਂਪੇਨ ਵੀ ਹੁਣੇ ਹੁਣੇ ਸਟਾਰਟ ਕੀਤੀ ਹੈ JP ਨੱਡਾ ਜੀ ਦੁਆਰਾ, ਹੈਲਥ ਮਿਨਿਸਟਰ ਨੇ। ਇਹ ਵੀ ਆਪਾਂ ਹੀ ਕੱਲ੍ਹ ਪਰਸੋਂ ਹੀ ਕਰਕੇ ਹਟੇ ਹਾਂ। ਠੀਕ ਹੈ। ਸੋ ਇਹੋ ਜਿਹੇ ਕੁਐਸਚਨ ਧਿਆਨ 'ਚ ਰੱਖ ਲਿਓ, ਜ਼ਰੂਰ ਇੰਪੋਰਟੈਂਟ ਹੁੰਦੇ ਨੇ ਕਿਸੇ ਵੀ ਪੁਆਇੰਟ ਆਫ ਵਿਊ ਨੂੰ ਲੈ ਕੇ, ਕਿਸੇ ਵੀ ਕੁਐਸਚਨ ਪੁਆਇੰਟ ਆਫ ਵਿਊ ਨੂੰ ਲੈ ਕੇ, ਪੇਪਰ ਪੁਆਇੰਟ ਆਫ ਵਿਊ ਨੂੰ ਲੈ ਕੇ। ਰੀਸੈਂਟਲੀ ਵਿੱਚ ਵੇਅਰ ਵਾਜ਼ ਦਾ ਭਾਰਤ ਸੈਂਟਰ ਆਫ ਓਲੰਪਿਕ ਰਿਸਰਚ ਐਂਡ ਐਜੂਕੇਸ਼ਨ ਇਨੋਗਰੇਟਿਡ। ਹਾਲ ਹੀ ਵਿੱਚ ਭਾਰਤ ਸੈਂਟਰ ਆਫ ਓਲੰਪਿਕ ਰਿਸਰਚ ਐਂਡ ਐਜੂਕੇਸ਼ਨ ਦਾ ਉਦਘਾਟਨ ਕਿੱਥੇ ਕੀਤਾ ਗਿਆ ਸੀ? ਸੋ ਆਂਸਰ ਇਹਦਾ ਆਜੂਗਾ ਗਾਂਧੀਨਗਰ। ਇਹ ਵੀ ਆਪਾਂ ਡਿਸਕਸ ਕੀਤਾ ਸੀ, ਭਾਰਤ ਸੈਂਟਰ ਆਫ ਓਲੰਪਿਕ ਰਿਸਰਚ ਐਜੂਕੇਸ਼ਨ ਆ ਜਿਹੜਾ BCOR, ਇਹ ਯਾਦ ਰੱਖ ਲਓ। ਇਹ ਵੀ ਫੁੱਲ ਫਾਰਮ ਵਗੈਰਾ ਜਾਂ ਸ਼ਾਰਟ ਫਾਰਮ ਵਗੈਰਾ ਪੁੱਛੀ ਜਾ ਸਕਦੀ ਹੈ। ਸੋ 23 ਜੂਨ ਨੂੰ ਇਹਦੀ ਇਨੋਗਰੇਸ਼ਨ ਹੋਈ ਹੈ, ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਜੋ ਕਿ ਗਾਂਧੀਨਗਰ ਗੁਜਰਾਤ ਦੇ ਵਿੱਚ ਹੈ, ਅਤੇ ਜਿਹਦੇ ਵਿੱਚ ਓਲੰਪਿਕ ਕਮੇਟੀ ਹੈ ਜਿਹੜੀ ਉਹ ਪ੍ਰਮੋਟ ਕਰੂਗੀ ਓਲੰਪਿਕਸ ਦੀਆਂ ਵੈਲਿਊਜ਼ ਨੂੰ। ਠੀਕ ਹੈ ਜੀ। ਇਸ ਸੈਂਟਰ ਦੇ ਵਿੱਚ ਇੱਕ ਨੌਲੇਜ ਮਿਲੂਗੀ, ਇਨੋਵੇਸ਼ਨ ਮਿਲੂਗੀ, ਉਹਨਾਂ ਦੀ ਪਰਫੋਰਮੈਂਸ, ਜੋ ਵੀ ਇੰਡੀਅਨ ਸਪੋਰਟਸ ਹੈ ਉਹਨਾਂ ਨੂੰ ਪਰਫੋਰਮੈਂਸ ਨੂੰ ਇਨੋਵੇਸ਼ਨ ਆਈਡੀਆਜ਼ ਵਗੈਰਾ ਜਾਂ ਨੌਲੇਜ ਆ ਉਹ ਹੋਰ ਵਧੀਆ ਤਰੀਕੇ ਨਾਲ ਕਰੀ ਜਾਊਗੀ। ਠੀਕ ਹੈ। ਚਲੋ ਜੀ, PT ਊਸ਼ਾ ਉੱਥੋਂ ਦੇ ਕੀ ਨੇ ਜੀ? ਪ੍ਰੈਜ਼ੀਡੈਂਟ ਸਾਹਿਬ ਨੇ, ਮੈਂ ਤੁਹਾਨੂੰ ਦੱਸਿਆ ਸੀਗਾ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, PT ਊਸ਼ਾ ਜੀ। ਇੱਥੇ ਮੈਂ ਲਿਖਿਆ ਵੀ ਹੈ, ਹਾਂਜੀ, PT ਊਸ਼ਾ ਜੀ। ਠੀਕ ਹੈ ਜੀ। ਚਲੋ ਲਾਸਟ ਉੱਤੇ ਆ ਗਿਆ ਕੁਐਸਚਨ ਆਫ ਦਾ ਡੇ। ਸੋ ਵਟ ਇਜ਼ ਦਾ ਕੋਜ਼ੇਟਿਵ ਏਜੰਟ ਆਫ ਅਫਰੀਕਨ ਸਵਾਈਨ ਫਲੂ? ਸੋ ਕੋਜ਼ੇਟਿਵ ਏਜੰਟ ਹੈ ਜਿਹੜਾ ਅਫਰੀਕਨ ਸਵਾਈਨ ਫਲੂ, ਜੋ ਕਿ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਇਹਦਾ ਆਂਸਰ ਤੁਸੀਂ ਦੱਸਣਾ ਹੈ ਵੀ ਇਹ ਕੀ ਚੀਜ਼ ਹੈ, ਕੀ ਹੈ ਉਹਦਾ ਕਾਰਕ ਏਜੰਟ। ਠੀਕ ਹੈ। ਉਸਦਾ ਮੇਨ ਕਾਰਨ ਕੀ ਹੈ ਅਫਰੀਕਨ ਸਵਾਈਨ ਫਿਊਰ ਦਾ ਜਾਂ ਫੀਵਰ ਦਾ? ਇਹ ਤੁਸੀਂ ਆਂਸਰ ਕਮੈਂਟ ਸੈਕਸ਼ਨ 'ਚ ਕਮੈਂਟ ਜ਼ਰੂਰ ਕਰਿਓ, ਅਤੇ ਇਨ ਬਿਟਵੀਨ ਜਿਹੜੇ ਮੈਂ ਕੁਐਸਚਨ ਪੁੱਛਿਆ ਉਹਦੇ ਵੀ ਆਂਸਰ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣੇ ਆ। ਠੀਕ ਹੈ। ਸੋ ਵੀਡੀਓ ਅਗਰ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦੱਬ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਪੰਜਾਬ ਪੁਲਿਸ ਦਾ ਜਿਹੜਾ ਪੇਪਰ ਹੈ ਬਹੁਤ ਨੇੜੇ ਆ ਚੁੱਕਿਆ। ਐਟ ਦ ਐਂਡ ਮੈਂ ਦੁਬਾਰਾ ਫਿਰ ਕਹਿ ਰਿਹਾ, ਜਿਹੜੇ ਬੱਚੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਪਲੀਜ਼ ਇਸ ਚੀਜ਼ ਨੂੰ ਆਪਣੇ ਬੱਚਿਆਂ ਦੇ ਵਿੱਚ ਸਰਕੂਲੇਟ ਕਰੋ ਇਸ ਵੀਡੀਓ ਨੂੰ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ 7 ਵਜੇ ਸ਼ਾਮ ਨੂੰ, ਈਵਨਿੰਗ ਟਾਈਮ, ਹਰ ਰੋਜ਼ ਮੰਡੇ ਟੂ ਸੈਟਰਡੇ
ਤੇ ਆਪਾਂ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਲਾਸ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਕੁਐਸਚਨ ਤੁਹਾਡੇ ਲਈ ਲੈ ਕੇ ਆਉਣ ਦੀ। ਸੋ ਜੀ ਐਸ ਅਤੇ ਰੀਜ਼ਨਿੰਗ ਨੂੰ ਆਪਾਂ ਕਵਰ ਕਰਾਂਗੇ ਵੱਧ ਤੋਂ ਵੱਧ, ਠੀਕ ਹੈ। ਸੋ ਲਾਸਟ ਮੰਥ ਹੈ ਇਹਦੇ ਵਿੱਚ, ਜਿੰਨੀ ਕੁਐਸਚਨ ਜਿੰਨੇ ਜ਼ਿਆਦਾ ਕੁਐਸਚਨ ਦੇਖ ਸਕਦੇ ਹੋ, ਜਿੰਨਾ ਪੜ੍ਹ ਸਕਦੇ ਹੋ ਉਨਾ ਪੜ੍ਹਨ ਦੀ ਕੋਸ਼ਿਸ਼ ਕਰੋ। ਮੈਂ ਹਮੇਸ਼ਾ ਤੁਹਾਡੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਊਂਗਾ। ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਅਤੇ ਜੀ ਲਾਈਕ ਦਾ ਬਟਨ ਜ਼ਰੂਰ ਦੱਬ ਦੇਣਾ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼। ਬਾਏ ਬਾਏ, ਟੇਕ ਕੇਅਰ।